ਆਰਟੀਆਈ ਕਾਰਕੁਨ ਅਮਿਤ ਜੇਠਵਾ ਦੇ ਕਤਲ ਮਾਮਲੇ ਵਿੱਚ ਸਥਾਨਕ ਸੀਬੀਆਈ ਅਦਾਲਤ ਨੇ ਭਾਜਪਾ ਦੇ ਐਮਪੀ ਦੀਨੂ ਬੋਗਾ ਸੋਲੰਕੀ ਸਮੇਤ 7 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਮਿਤ ਜੇਠਵਾ ਗੈਰ ਕਾਨੂੰਨੀ ਮਾਈਨਿੰਗ ਵਿੱਚ ਸੱਚ ਸਾਹਮਣੇ ਲਿਆਉਣ ਜਾ ਰਿਹਾ ਸੀ, ਜਿਸ ਕਾਰਨ 2010 ਵਿੱਚ ਉਸਦਾ ਕਤਲ ਕਰ ਦਿੱਤਾ ਗਿਆ ਸੀ। ਸਪੈਸ਼ਲ ਸੀਬੀਆਈ ਜੱਜ ਕੇ ਐਮ ਦਵੇ ਨੇ ਇਸ ਮਾਮਲੇ ਵਿੱਚ ਦੋਸ਼ੀ ਐਲਾਨੇ ਗਏ ਸੋਲੰਕੀ ਅਤੇ ਉਸਦੇ ਭਤੀਜੇ ਦੇ 15 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਫੈਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ 2009 ਤੋਂ 2014 ਤੱਕ ਜੂਨਾਗੜ੍ਹ ਹਲਕੇ ਤੋਂ ਐਮ ਪੀ ਰਹੇ ਸੋਲੰਕੀ ਅਤੇ ਸ਼ੇਵਾ ਸੋਲੰਕੀ ਇਸ ਕਤਲ ਦੇ ਮੁੱਖ ਸਾਜ਼ਿਸ਼ ਘਾੜੇ ਸਨ।